ਤੇਜ਼ ਰਫ਼ਤਾਰ ਕਾਰ ਨੇ ਦਰੜਤਾ ਪੂਰਾ ਪਰਿਵਾਰ। ਮਾਂ ਪੁੱਤ ਦੀ ਹਾਦਸੇ 'ਚ ਮੌਕੇ ਤੇ ਹੀ ਹੋ ਗਈ ਮੌਤ। ਪਿਤਾ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ। ਤਾਂ ਦੱਸਦੀ ਹੈ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਪੂਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਗਿਆ। ਤਾਂ ਦੱਸਦੀ ਹੈ ਕਿ ਇਸ ਦੇ ਵੱਲੋਂ ਮਾਂ ਪੁੱਤ ਸਮੇਤ ਪਿਤਾ ਨੂੰ ਵੀ ਟੱਕਰ ਮਾਰੀ ਗਈ ਹੈ, ਜਿਸ ਕਾਰਨ ਮਾਂ ਪੁੱਤ ਦੀ ਮੌਤ ਹੋ ਗਈ ਹੈ, ਜਦਕਿ ਪਿਤਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸਦੀ ਹੈ ਕਿ ਮਾਮਲਾ ਲਾਂਡਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਇੱਕ ਸਾਈਡ ਤੇ ਮਾਂ ਪੁੱਤ ਅਤੇ ਪਿਤਾ ਜਾ ਰਹੇ ਹੁੰਦੇ ਆ, ਤਾਂ ਪਿੱਛੋਂ ਆ ਰਹੀ ਇਸ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ। ਤਾਂ ਟੱਕਰ ਗੁਰੂ ਘਰ ਦੇ ਸਾਹਮਣੇ ਹੀ ਮਾਰੀ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਜਾਂਦਾ ਹੈ। ਤਾਂ ਇਸ ਹਾਦਸੇ ਦੇ ਵਿੱਚ ਦੱਸਦੀ ਹੈ ਕਿ ਮ੍ਰਿਤਕ ਬੱਚੇ ਦੀ ਉਮਰ ਸਿਰਫ 7 ਸਾਲ ਸੀ, ਜਦਕਿ ਮਹਿਲਾ 28 ਅਤੇ ਪਿਤਾ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪੂਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜੋ ਕਿ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੀਆਂ ਨੇ, ਕਿਉਂਕਿ ਇੰਨਾ ਵੱਡਾ ਅਤੇ ਦਰਦਨਾਕ ਹਾਦਸਾ ਹੋਇਆ। ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਤਾਂ ਪੁਲਿਸ ਲਗਾਤਾਰ ਇਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ। ਹਾਂਜੀ, ਅੱਜ ਸਵੇਰੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਤੋਂ ਥੋੜ੍ਹੀ ਨਾਲ ਜੋ ਬੜਾ ਭਿਆਨਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਦੋ ਮੋਟਰਸਾਈਕਲ ਵਾਲਾ ਵੀਰ ਅਤੇ ਉਹਦੀ ਘਰਵਾਲੀ ਅਤੇ ਲੜਕਾ ਬੈਠੇ ਖੜ੍ਹੇ ਸੀ ਸਾਈਡ 'ਤੇ, ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਸਪੀਡ ਦੇ ਵਿੱਚ, ਉਹਨੇ ਜਾ ਕੇ ਡਸਟਰ ਗੱਡੀ ਸੀ, ਉਹਨੇ ਜਾ ਕੇ ਉਹਨਾਂ ਦੇ ਉੱਤੇ ਖੜ੍ਹਿਆਂ ਦੇ ਉੱਤੇ ਚੜ੍ਹਾ ਦਿੱਤੀ। ਜਨਾਨੀ ਦੀ ਅਤੇ ਬੱਚੇ ਦੀ ਡੈਥ ਮੌਕੇ 'ਤੇ ਹੋ ਗਈ। ਉਹਨਾਂ ਦੇ ਜੋ ਸਰੀਰ ਛੱਡ ਗਏ ਉਹ ਉਸ ਸਮੇਂ, ਇਹ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ, ਲਿਖ ਕੇ ਵੀ ਦੇ ਚੁੱਕੇ ਹਾਂ ਕਿ ਇੱਥੇ ਬ੍ਰੇਕਰ ਬਣਾਏ ਜਾਣ, ਤਾਂ ਜੋ ਇਹ ਜੋ ਟ੍ਰੈਫਿਕ ਹੈ ਲਾਈਟਾਂ ਦੇ ਕਰਕੇ ਫਾਸਟ ਚੱਲਦੀ ਹੈ, ਰੋਡ 'ਤੇ ਟ੍ਰੈਫਿਕ ਜ਼ਿਆਦਾ ਹੈ, ਅੱਗੇ ਬਾਲੀਵੁੱਡ ਦਾ ਗੇਟ ਹੈ, ਨਾਲ ਪੈਲਸ ਦਾ ਗੇਟ ਹੈ, ਇਸ ਕਰਕੇ ਟ੍ਰੈਫਿਕ ਸਲੋ ਨਹੀਂ ਹੁੰਦੀ, ਜਿਸ ਕਰਕੇ ਹਾਦਸੇ ਵਾਪਰਦੇ ਨੇ। ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਪਰਿਵਾਰਾਂ ਦੀ ਜਾਨ ਦੀ ਸੇਫਟੀ ਹੋ ਸਕੇ, ਇਸ ਕਰਕੇ ਇੱਥੇ ਇਹ ਟ੍ਰੈਫਿਕ ਦਾ ਜੋ ਸੁਚਾਰੂ ਢੰਗ ਨਾਲ ਚੱਲ ਸਕੇ, ਸਪੀਡ ਬ੍ਰੇਕਰ ਬਣਾਏ ਜਾਣ, ਜੋ ਇਹ ਹਾਦਸੇ ਨਾ ਵਾਪਰ, ਇਹੋ ਹੀ ਮੰਗ ਹੈ। ਤੇਜ਼ ਰਫ਼ਤਾਰ ਕਾਰ ਨੇ ਦਰੜਤਾ ਪੂਰਾ ਪਰਿਵਾਰ। ਮਾਂ ਪੁੱਤ ਦੀ ਹਾਦਸੇ 'ਚ ਮੌਕੇ ਤੇ ਹੀ ਹੋ ਗਈ ਮੌਤ। ਪਿਤਾ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ। ਤਾਂ ਦੱਸਦੀ ਹੈ ਕਿ ਵੱਡਾ ਹਾਦਸਾ ਹੋਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਪੂਰਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਗਿਆ। ਤਾਂ ਦੱਸਦੀ ਹੈ ਕਿ ਇਸ ਦੇ ਵੱਲੋਂ ਮਾਂ ਪੁੱਤ ਸਮੇਤ ਪਿਤਾ ਨੂੰ ਵੀ ਟੱਕਰ ਮਾਰੀ ਗਈ ਹੈ, ਜਿਸ ਕਾਰਨ ਮਾਂ ਪੁੱਤ ਦੀ ਮੌਤ ਹੋ ਗਈ ਹੈ, ਜਦਕਿ ਪਿਤਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸਦੀ ਹੈ ਕਿ ਮਾਮਲਾ ਲਾਂਡਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਇੱਕ ਸਾਈਡ ਤੇ ਮਾਂ ਪੁੱਤ ਅਤੇ ਪਿਤਾ ਜਾ ਰਹੇ ਹੁੰਦੇ ਆ, ਤਾਂ ਪਿੱਛੋਂ ਆ ਰਹੀ ਇਸ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ। ਤਾਂ ਟੱਕਰ ਗੁਰੂ ਘਰ ਦੇ ਸਾਹਮਣੇ ਹੀ ਮਾਰੀ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਜਾਂਦਾ ਹੈ। ਤਾਂ ਇਸ ਹਾਦਸੇ ਦੇ ਵਿੱਚ ਦੱਸਦੀ ਹੈ ਕਿ ਮ੍ਰਿਤਕ ਬੱਚੇ ਦੀ ਉਮਰ ਸਿਰਫ 7 ਸਾਲ ਸੀ, ਜਦਕਿ ਮਹਿਲਾ 28 ਅਤੇ ਪਿਤਾ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪੂਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜੋ ਕਿ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੀਆਂ ਨੇ, ਕਿਉਂਕਿ ਇੰਨਾ ਵੱਡਾ ਅਤੇ ਦਰਦਨਾਕ ਹਾਦਸਾ ਹੋਇਆ। ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਤਾਂ ਪੁਲਿਸ ਲਗਾਤਾਰ ਇਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ। ਹਾਂਜੀ, ਅੱਜ ਸਵੇਰੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਤੋਂ ਥੋੜ੍ਹੀ ਨਾਲ ਜੋ ਬੜਾ ਭਿਆਨਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਦੋ ਮੋਟਰਸਾਈਕਲ ਵਾਲਾ ਵੀਰ ਅਤੇ ਉਹਦੀ ਘਰਵਾਲੀ ਅਤੇ ਲੜਕਾ ਬੈਠੇ ਖੜ੍ਹੇ ਸੀ ਸਾਈਡ 'ਤੇ,
ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਸਪੀਡ ਦੇ ਵਿੱਚ, ਉਹਨੇ ਜਾ ਕੇ ਡਸਟਰ ਗੱਡੀ ਸੀ ਉਹਨੇ ਜਾ ਕੇ ਉਹਨਾਂ ਦੇ ਉੱਤੇ ਖੜਿਆਂ ਦੇ ਉੱਤੇ ਚੜ੍ਹਾ ਦਿੱਤੀ। ਜਨਾਨੀ ਦੀ ਅਤੇ ਬੱਚੇ ਦੀ ਡੈਥ ਮੌਕੇ 'ਤੇ ਹੋ ਗਈ। ਉਹਨਾਂ ਦੇ ਜੋ ਸਰੀਰ ਛੱਡ ਗਏ ਉਹ ਉਸ ਸਮੇਂ, ਇਹ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ, ਲਿਖ ਕੇ ਵੀ ਦੇ ਚੁੱਕੇ ਹਾਂ ਕਿ ਇੱਥੇ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਜੋ ਟ੍ਰੈਫਿਕ ਹੈ ਲਾਈਟਾਂ ਦੇ ਕਰਕੇ ਫਾਸਟ ਚੱਲਦੀ ਹੈ, ਰੋਡ 'ਤੇ ਟ੍ਰੈਫਿਕ ਜ਼ਿਆਦਾ ਹੈ, ਅੱਗੇ ਬਾਲੀਵੁੱਡ ਦਾ ਗੇਟ ਹੈ, ਨਾਲ ਪੈਲਸ ਦਾ ਗੇਟ ਹੈ, ਇਸ ਕਰਕੇ ਟ੍ਰੈਫਿਕ ਸਲੋਅ ਨਹੀਂ ਹੁੰਦੀ, ਜਿਸ ਕਰਕੇ ਹਾਦਸੇ ਵਾਪਰਦੇ ਨੇ। ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਪਰਿਵਾਰਾਂ ਦੀ ਜਾਨ ਦੀ ਸੇਫਟੀ ਹੋ ਸਕੇ, ਇਸ ਕਰਕੇ ਇੱਥੇ ਇਹ ਟ੍ਰੈਫਿਕ ਦਾ ਜੋ ਸੁਚਾਰੂ ਢੰਗ ਨਾਲ ਚੱਲ ਸਕੇ, ਸਪੀਡ ਬ੍ਰੇਕਰ ਬਣਾਏ ਜਾਣ, ਜੋ ਇਹ ਹਾਦਸੇ ਨਾ ਵਾਪਰ, ਇਹੋ ਹੀ ਮੰਗ ਹੈ।